ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸੰਗਰੂਰ ਦੇ ਛੋਟੇ ਜਿਹੇ ਪਿੰਡ ਵਿੱਚ ਉਹ ਨੰਨੀ ਜੀ ਜਾਨ ਨਾਲ ਕੀ ਭਣਾ ਵਰਤਿਆ। ਬਹੁਤ ਲੋਕਾਂ ਦੀਆਂ ਉਮੀਦਾਂ, ਆਸਾਂ, ਅਰਦਾਸਾਂ, ਦੁਆਵਾਂ ਨਾਲ ਸੀ ਕੀਤੀਆਂ, ਪਰ ਮਾੜੀ ਕਿਸਮਤ ਨਾਲ ਕਿਤੇ ਰੱਬ ਨੂੰ ਰਾਸ ਨਹੀਂ ਆਈਆਂ। ਏਦਾਂ ਨਹੀਂ ਹੋਣਾ ਚਾਹੀਦਾ ਸੀ। ਮੈਂ ਆਪਣੇ ਛੋਟੇ ਵੀਰ ਫਤਿਹ ਵੀਰ ਦੇ ਲਈ ਇਹ ਚਾਰ ਗੱਲਾਂ ਨੇ ਲਿਖੀਆਂ ਸੀ, ਜੋ ਤੁਹਾਨੂੰ ਮੈਂ ਸਾਂਝੀਆਂ ਕਰਨਾ ਚਾਹੁੰਦਾ। ਬਹੁਤ ਦੁੱਖ ਹੋਇਆ ਮੈਨੂੰ, ਇਹ ਚਾਰ ਗੱਲਾਂ ਮੈਂ ਤੁਹਾਨੂੰ ਸਾਂਝੀਆਂ ਕਰਾਂਗਾ। ਫਤਿਹ ਫਤਿਹ ਕਰਦਾ ਫਤਿਹ ਵੀਰ, ਜ਼ਿੰਦਗੀ ਦੀ ਜੰਗ ਫਤਿਹ ਕਰ ਗਿਆ। ਮਾਫ਼ ਕਰੀ ਪੁੱਤਰਾ, ਤੈਨੂੰ ਬਚਾ ਨਹੀਂ ਸਕੇ, ਪਰ ਲੱਖਾਂ ਲੋਕਾਂ ਨੂੰ ਸ਼ਰਮ ਨਾਲ ਮਰਨ ਜੋਗਾ ਕਰ ਗਿਆ। ਡਿਜੀਟਲ ਇੰਡੀਆ ਸਾਡਾ ਇਹ ਕਹਿ ਕੇ ਗੱਲ ਲੁਕਾਉਂਦੇ ਆ, ਇੱਥੇ ਵੋਟਾਂ ਮਸ਼ੀਨਾਂ ਨਾਲ ਤੇ ਬੱਚੇ ਬਾਲਟੀਆਂ ਨਾਲ ਬਚਾਉਂਦੇ ਆ, ਬੱਚੇ ਬਾਲਟੀਆਂ ਨਾਲ ਬਚਾਉਂਦੇ ਆ। ਕਰੋੜਾਂ ਲੋਕਾਂ ਨੇ ਅਰਦਾਸਾਂ ਕੀਤੀਆਂ, ਪਰ ਰੱਬ ਦੇ ਤਾਂ ਅਸੂਲ ਹੀ ਵੱਖਰੇ ਨੇ। ਦੇ ਕੇ ਅਗਲਾ ਸਾਨੂੰ ਤੁਰ ਗਿਆ, ਹੋਰ ਫਤਿਹ ਵੀਰ ਕਿੱਦਾਂ ਸਾਂਭ ਸਾਂਭ ਕੇ ਰੱਖਣੇ ਨੇ, ਹੋਰ ਫਤਿਹ ਵੀਰ ਕਿੱਦਾਂ ਸਾਂਭ ਸਾਂਭ ਕੇ ਰੱਖਣੇ ਨੇ। ਗਿਆ ਰੱਬ ਕੋਲੋ ਜੇ ਕੋਈ ਮੁੜੇ ਆਉਂਦਾ, ਹਜ਼ਾਰਾਂ ਯਤਨ ਅਸੀਂ ਵੀ ਕਰ ਲੈਂਦੇ। ਪਤਾ ਹੁੰਦਾ ਜੇ ਤੈਨੂੰ ਇੰਜ ਕੱਢਣਾ, ਮਾਫ਼ ਕਰੀ ਤੈਨੂੰ ਵੈਚੀ ਦੱਬਣ ਦਾ ਹੌਂਕਾ ਭਰ ਲੈਂਦੇ। ਮੰਨਣਾ ਪੈਣਾ ਭਾਣਾ ਰੱਬ ਦਾ, ਉਹਦੇ ਤੋਂ ਉੱਪਰ ਤਾਂ ਕੋਈ ਹੋਇਆ ਹੀ ਨਹੀਂ। ਕੋਈ ਵੀ ਬੰਦਾ ਰੱਬ ਦਾ ਨਹੀਂ ਹੋਣਾ ਜੋ ਤੇਰੇ ਜਾਣ ਦੇ ਦੁੱਖ ਚ ਰੋਇਆ ਨਹੀਂ। ਚਰਨਾਂ ਚ ਨਹੀਂ ਰੱਬਾ, ਫਤਿਹ ਦਿੱਲੇ ਆਪਣੇ ਵਿੱਚ ਤੂੰ ਰੱਖ ਲਵੀ। ਅਰਦਾਸ ਕਰਦਾ ਹਾਂ ਲੱਦੜਾ ਵਾਲਾ, ਹੋਵੇ ਨਾ ਕਿਸੇ ਨਾਲ ਏਦਾਂ ਵੀ, ਜੇ ਬਣਿਆ ਮੌਕਾ ਤਾਂ ਏਦਾਂ ਹੁਣ ਤੋਂ ਪਹਿਲਾਂ ਹੀ ਤੂੰ ਚੱਕ ਲਵੀ। ਦੇਖ ਗੁਰੂ ਦਾ ਤੈਨੂੰ ਤਾਂ ਰੋਮ ਰੋਮ ਤੱਕ ਹੌਂਕਾ ਭਰ ਗਿਆ। ਫਤਿਹ ਫਤਿਹ ਕਰਦਾ ਫਤਿਹ ਵੀਰ, ਅੱਜ ਜ਼ਿੰਦਗੀ ਦੀ ਜੰਗ ਫਤਿਹ ਕਰ ਗਿਆ, ਅੱਜ ਜ਼ਿੰਦਗੀ ਦੀ ਜੰਗ ਫਤਿਹ ਕਰ ਗਿਆ। ਰੱਬਾ ਮਿਹਰ ਕਰੀ ਉਸ ਪਰਿਵਾਰ ਤੇ ਵੀ। ਧੰਨਵਾਦ ਜੀ।